APL ਅਸੀਂ ਛੁੱਟੀਆਂ 'ਚ ਮੈਂਸ਼ਨਿੰਗ ਕੀਤੀ ਸੀ ਜੀ, ਉਹਦੇ ਕਰਕੇ ਇਹ ਲਿਸਟ ਹੋਏਗੀ ਟਿਊਜ਼ਡੇ ਨੂੰ। ਅਤੇ ਇਹਦੇ 'ਚ ਪ੍ਰਾਇਮਰੀਲੀ ਅਸੀਂ ਇਹ ਗੱਲ ਓਨਰੇਬਲ ਕੋਰਟ ਨੂੰ ਕਹਿ ਰਹੇ ਹਾਂ ਕਿ ਇੱਕ ਤਾਂ ਇਹਦੀ ਪੂਰੀ ਸਖ਼ਤੀ ਨਾਲ ਤਫਤੀਸ਼ ਹੋਣੀ ਚਾਹੀਦੀ ਹੈ। ਇਹ ਨਹੀਂ ਆ ਵੀ ਇਹਦੇ 'ਚ ਇਕੱਲੇ ਉਹ ਹੀ ਬੰਦੇ ਬਣਾਉਣ ਵਾਲੇ ਬੰਦੇ ਦੋਸ਼ੀ ਨਹੀਂ ਹੈਗੇ, ਉਹ ਵੀ ਬੰਦੇ ਦੋਸ਼ੀ ਨੇ ਜਿਨ੍ਹਾਂ ਦੇ ਪੈਰਾਂ ਦੇ ਥੱਲੇ ਇਹ ਕੰਮ ਹੁੰਦਾ ਰਿਹਾ, ਜਿਨ੍ਹਾਂ ਦੇ ਨੱਕ ਦੇ ਥੱਲੇ ਇਹ ਕੰਮ ਚੱਲਦਾ ਰਿਹਾ। ਐਕਸਾਈਜ਼ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਉਹ ਵੀ ਰਿਸਪੋਂਸੀਬਲ ਨੇ, ਐਜ਼ ਵੈਲ ਐਜ਼ ਦੀ ਪੁਲਿਸ ਮਸ਼ੀਨਰੀ ਇਜ਼ ਆਲਸੋ ਰਿਸਪੋਂਸੀਬਲ ਫਾਰ ਇਟ। ਸੋ ਇਹਦੇ ਕਰਕੇ ਅਸੀਂ ਕਿਹਾ ਵੀ ਇਹਦੇ ਵਿੱਚ ਜਿੰਨੀਆਂ ਬਿਗ ਫਿਸ਼ ਨੇ ਉਹਨਾਂ ਨੂੰ ਕੀ ਕਹਿੰਦੇ ਆ ਸਟ੍ਰਿਕਟਲੀ ਐਜ਼ ਪਰ ਲਾਅ ਉਹਨਾਂ ਨੂੰ ਉਹਨਾਂ 'ਤੇ FIR ਕੀਤੀ ਜਾਵੇ। ਸੈਕਿੰਡਲੀ ਜਿਹੜੀ ਮੇਜਰ ਅਸੈਂਸ਼ਲ ਇਨਗਰੀਡੀਐਂਟ ਆ ਸਪੀਰੀਅਸ ਲਿਕਰ ਦਾ, ਉਹ ਮੈਥਨੋਲ ਆ। ਅਤੇ ਮੈਥਨੋਲ ਜਿਹੜੀ ਆ ਇਹ ਇਟਸ ਅ ਵੈਰੀ ਡੇਂਜਰਸ ਸਬਸਟਾਂਸ, ਉਹਦੇ ਤੋਂ ਬਗੈਰ ਜਿਹੜੀ ਆ ਇਹ ਸਪੀਰੀਅਸ ਲਿਕਰ ਨਹੀਂ ਬਣ ਸਕਦੀ, ਇਨਗਰੀਡੀਐਂਟ ਆ, ਪੱਕਾ ਇਨਗਰੀਡੀਐਂਟ ਆ। ਅਤੇ ਪਿਛਲੇ ਕੁਛ ਟਾਈਮ ਤੋਂ 3-4 ਪਿਛਲੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਦ ਤੋਂ ਸਟੇਟ ਨੂੰ ਸਬਕ ਲੈਣਾ ਚਾਹੀਦਾ ਸੀ, ਇਹ 'ਤੇ ਕੋਈ ਪੱਕੀ ਗਾਈਡਲਾਈਨਸ ਬਣਾਉਣੀ ਚਾਹੀਦੀ ਸੀ, ਜਾਂ ਇਹਦਾ ਕੋਈ ਮੋਡ ਆਫ ਟਰਾਂਸਪੋਰਟ ਜਾਂ ਮੋਡ ਆਫ ਐਕਸਚੇਂਜਿੰਗ ਦੀ ਹੈਂਡ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਸੀ। ਪਰ ਉਹੀ ਹੈ ਨਾ, ਪਹਿਲਾਂ ਜਦੋਂ 105 ਬੰਦਿਆਂ ਦੀ ਡੈਥ ਹੋਈ ਤਰਨ ਤਾਰਨ, ਉਦੋਂ ਤੋਂ ਬਾਅਦ ਵੀ ਸਟੇਟ ਨੇ ਕੁਛ ਨਹੀਂ ਕੀਤਾ। ਫਿਰ 18 ਬੰਦੇ ਬਟਾਲੇ ਦੇ ਵਿੱਚ ਮੌਤ ਹੋ ਗਈ, ਉਸ ਤੋਂ ਬਾਅਦ ਵੀ ਸਟੇਟ ਨੇ ਕੁਛ ਨਹੀਂ ਕੀਤਾ। ਅਤੇ ਸ਼ਾਇਦ ਜੇ ਕੁਛ ਕੀਤਾ ਹੁੰਦਾ ਤਾਂ ਇਹ ਜਿਹੜੀਆਂ 21 ਮੌਤਾਂ ਸੀ ਇਹ ਬਚ ਸਕਦੀਆਂ। ਕੀ ਮੰਗ ਕੀ ਹੈ, ਪਾਰਟੀ ਕਿਹਨੂੰ ਬਣਾਇਆ, ਕਿਹੜੇ ਕਿਹੜੇ ਤੁਸੀਂ ਮੈਥਨੋਲ ਦੀ ਸਪੈਸਿਫਿਕ ਗੱਲ ਕੀਤੀ ਹੈ ਕਿ ਕੀ ਹੋਣਾ ਚਾਹੀਦਾ? ਸਟੇਟ ਆਫ ਪੰਜਾਬ ਨੂੰ ਪਾਰਟੀ ਬਣਾਇਆ, DGP ਨੂੰ ਪਾਰਟੀ ਬਣਾਇਆ ਜੀ। ਅਤੇ ਕੋਰਟ ਨੂੰ ਅਸੀਂ ਇਹ ਦਰਖਾਸਤ ਕੀਤੀ ਹੈ ਕਿ ਇਹ ਜਿਹੜਾ ਅਸੈਂਸ਼ੀਅਲ ਇਨਗਰੀਡੀਐਂਟ ਆ ਇਹ ਬੇਸਿਕਲੀ ਇੰਡਸਟਰੀਅਲ ਯੂਨਿਟ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ, ਉੱਥੋਂ ਥਰੂ ਸਮ ਲੂਪ ਹੋਲ ਇਹ ਕੱਢ ਲੈਂਦੇ ਨੇ। ਅਤੇ ਜੇ ਮਤਲਬ ਇਟ ਇਜ਼ ਓਨਲੀ ਨਾ, ਹੁਣ ਤਾਂ ਸਿਰਫ ਸਾਰੀ ਗੱਲ ਕੋਰਟ 'ਤੇ ਆ ਗਈ ਹੈ ਨਾ, ਮੁੜ ਤੋੜ ਕੇ ਹਰ ਚੀਜ਼ ਕੋਰਟ 'ਚ ਹੀ ਆ ਜਾਂਦੀ ਹੈ। ਕੋਰਟ ਹੀ ਹੁਣ ਇਸ ਲੂਪ ਹੋਲ ਨੂੰ ਪਲੱਗ ਕਰੇਗੀ, ਕਿਉਂਕਿ ਸਟੇਟ ਕੋਲ ਤੇ ਹੋਇਆ ਨਹੀਂ ਇਹ ਪਲੱਗ। ਹਾਂ, ਸਟੇਟ ਦੀ ਮੰਗੀ ਹੈ। ਜੇ ਅਸੀਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੇ ਸਾਨੂੰ ਲੱਗੇਗਾ ਵੀ ਇਨਵੈਸਟੀਗੇਸ਼ਨ ਏਜੰਸੀ ਨਹੀਂ ਚੰਗੀ ਤਰ੍ਹਾਂ ਕੰਮ ਕਰ ਰਹੀ, ਤਾਂ ਅਸੀਂ CBI ਦੀ ਰਿਕੁਐਸਟ ਵੀ ਕਰ ਸਕਦੇ ਹਾਂ ਕੋਰਟ ਨੂੰ। ਕੰਪਨਸੇਸ਼ਨ ਦੀ ਵੀ ਗੱਲ ਕਹੀ ਹੈ ਅਸੀਂ ਵੀ ਜਿਹੜੇ 21 ਬੰਦਿਆਂ ਦੀ ਮੌਤ ਹੋ ਗਈ, ਵੇਖੋ ਹੁਣ ਘਰ ਦੇ ਇਕੱਲੇ ਇਕੱਲੇ ਕਈ ਬੰਦੇ ਲੇਬਰਰਸ ਨੇ। ਕੰਪਨਸੇਸ਼ਨ ਹੁਣ ਕੋਰਟ 'ਤੇ ਆਪਾਂ ਛੱਡ ਰਹੇ ਹਾਂ ਵੀ ਡਿਸਾਈਡ ਡਿਪੈਂਡ ਕਰਦਾ ਹੈ ਕਿੱਦਾਂ ਦੇ ਹਾਲਾਤ ਨੇ, ਉਹਨਾਂ ਦੇ ਮਾਲੀ ਹਾਲਾਤ ਕਿੱਦਾਂ ਦੇ ਨੇ। ਸਟੇਟ ਨੂੰ ਹੁਣ ਤੱਕ ਇਹ ਕੁਛ ਨਾ ਕੁਛ ਕਾਰਵਾਈ ਕਰ ਦੇਣੀ ਚਾਹੀਦੀ ਸੀ, ਜਿਹੜੀ ਹਾਲੇ ਤੱਕ ਨਹੀਂ ਕੀਤੀ ਇਹਨਾਂ ਨੇ। ਥੋੜ੍ਹੀ ਕੰਪਨਸੇਸ਼ਨ ਜਿੰਨੀ ਵੀ ਬਣਦੀ ਹੈ ਉਹਨਾਂ ਦੀ, ਦੇਖੋ ਲੋਸ ਆਫ ਲਾਈਫ ਤਾਂ ਹੈ ਹੀ ਹੈ ਨਾ, ਲੋਸ ਆਫ ਲਾਈਫ ਬਿਕੋਜ਼ ਆਫ ਮਤਲਬ ਸਟ੍ਰਿਕਟ ਮਈਅਰ ਜੇ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਚ ਜਾਂਦੀ, ਚੰਗੀ ਇਨਵੈਸਟੀਗੇਸ਼ਨ ਹੁੰਦੀ, ਐਕਸਾਈਜ਼ ਡਿਪਾਰਟਮੈਂਟ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਕਿਤੇ ਨਾ ਕਿਤੇ ਸਟੇਟ ਦਾ ਤਾਂ ਫੇਲੀਅਰ ਹੈ ਹੀ ਹੈ ਨਾ। APL ਅਸੀਂ ਛੁੱਟੀਆਂ 'ਚ ਮੈਂਸ਼ਨਿੰਗ ਕੀਤੀ ਸੀ ਜੀ, ਉਹਦੇ ਕਰਕੇ ਇਹ ਲਿਸਟ ਹੋਏਗੀ ਟਿਊਜ਼ਡੇ ਨੂੰ। ਅਤੇ ਇਹਦੇ 'ਚ ਪ੍ਰਾਇਮਰੀਲੀ ਅਸੀਂ ਇਹ ਗੱਲ ਓਨਰੇਬਲ ਕੋਰਟ ਨੂੰ ਕਹਿ ਰਹੇ ਹਾਂ ਕਿ ਇੱਕ ਤਾਂ ਇਹਦੀ ਪੂਰੀ ਸਖ਼ਤੀ ਨਾਲ ਤਫਤੀਸ਼ ਹੋਣੀ ਚਾਹੀਦੀ ਹੈ। ਇਹ ਨਹੀਂ ਆ ਵੀ ਇਹਦੇ 'ਚ ਇਕੱਲੇ ਉਹ ਹੀ ਬੰਦੇ ਬਣਾਉਣ ਵਾਲੇ ਬੰਦੇ ਦੋਸ਼ੀ ਨਹੀਂ ਹੈਗੇ, ਉਹ ਵੀ ਬੰਦੇ ਦੋਸ਼ੀ ਨੇ ਜਿਨ੍ਹਾਂ ਦੇ ਪੈਰਾਂ ਦੇ ਥੱਲੇ ਇਹ ਕੰਮ ਹੁੰਦਾ ਰਿਹਾ, ਜਿਨ੍ਹਾਂ ਦੇ ਨੱਕ ਦੇ ਥੱਲੇ ਇਹ ਕੰਮ ਚੱਲਦਾ ਰਿਹਾ। ਐਕਸਾਈਜ਼ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਉਹ ਵੀ ਰਿਸਪੋਂਸੀਬਲ ਨੇ, ਐਜ਼ ਵੈਲ ਐਜ਼ ਦੀ ਪੁਲਿਸ ਮਸ਼ੀਨਰੀ ਇਜ਼ ਆਲਸੋ ਰਿਸਪੋਂਸੀਬਲ ਫਾਰ ਇਟ। ਸੋ ਇਹਦੇ ਕਰਕੇ ਅਸੀਂ ਕਿਹਾ ਵੀ ਇਹਦੇ ਵਿੱਚ ਜਿੰਨੀਆਂ ਬਿਗ ਫਿਸ਼ ਨੇ ਉਹਨਾਂ ਨੂੰ ਕੀ ਕਹਿੰਦੇ ਆ ਸਟ੍ਰਿਕਟਲੀ ਐਜ਼ ਪਰ ਲਾਅ ਉਹਨਾਂ ਨੂੰ ਉਹਨਾਂ 'ਤੇ FIR ਕੀਤੀ ਜਾਵੇ। ਸੈਕਿੰਡਲੀ ਜਿਹੜੀ ਮੇਜਰ ਅਸੈਂਸ਼ਲ ਇਨਗਰੀਡੀਐਂਟ ਆ ਸਪੀਰੀਅਸ ਲਿਕਰ ਦਾ, ਉਹ ਮੈਥਨੋਲ ਆ। ਅਤੇ ਮੈਥਨੋਲ ਜਿਹੜੀ ਆ ਇਹ ਇਟਸ ਅ ਵੈਰੀ ਡੇਂਜਰਸ ਸਬਸਟਾਂਸ, ਉਹਦੇ ਤੋਂ ਬਗੈਰ ਜਿਹੜੀ ਆ ਇਹ ਸਪੀਰੀਅਸ ਲਿਕਰ ਨਹੀਂ ਬਣ ਸਕਦੀ, ਇਨਗਰੀਡੀਐਂਟ ਆ, ਪੱਕਾ ਇਨਗਰੀਡੀਐਂਟ ਆ। ਅਤੇ ਪਿਛਲੇ ਕੁਛ ਟਾਈਮ ਤੋਂ 3-4 ਪਿਛਲੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਦ ਤੋਂ ਸਟੇਟ ਨੂੰ ਸਬਕ ਲੈਣਾ ਚਾਹੀਦਾ ਸੀ, ਇਹ 'ਤੇ ਕੋਈ ਪੱਕੀ ਗਾਈਡਲਾਈਨਸ ਬਣਾਉਣੀ ਚਾਹੀਦੀ ਸੀ, ਜਾਂ ਇਹਦਾ ਕੋਈ ਮੋਡ ਆਫ ਟਰਾਂਸਪੋਰਟ ਜਾਂ ਮੋਡ ਆਫ ਐਕਸਚੇਂਜਿੰਗ ਦੀ ਹੈਂਡ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਸੀ।
ਪਰ ਉਹੀ ਹੈ ਨਾ, ਪਹਿਲੋਂ ਜਦੋਂ 105 ਬੰਦਿਆਂ ਦੀ ਡੈਥ ਹੋਈ ਤਰਨ ਤਾਰਨ, ਉਦੋਂ ਤੋਂ ਬਾਅਦ ਵੀ ਸਟੇਟ ਨੇ ਕੁਛ ਨਹੀਂ ਕੀਤਾ। ਫਿਰ 18 ਬੰਦੇ ਬਟਾਲੇ ਦੇ ਵਿੱਚ ਮੌਤ ਹੋ ਗਈ, ਉਸ ਤੋਂ ਬਾਅਦ ਵੀ ਸਟੇਟ ਨੇ ਕੁਛ ਨਹੀਂ ਕੀਤਾ, ਤੇ ਸ਼ਾਇਦ ਜੇ ਕੁਛ ਕੀਤਾ ਹੁੰਦਾ ਤੇ ਜਿਹੜੀਆਂ 21 ਮੌਤਾਂ ਸੀ ਇਹ ਬਚ ਸਕਦੀਆਂ। ਕੀ ਮੰਗ ਕੀ ਹੈ, ਪਾਰਟੀ ਕਿਹਨੂੰ ਬਣਾਇਆ, ਕਿਹੜੇ ਕਿਹੜੇ ਤੁਸੀਂ ਮੈਥਨੋਲ ਦੀ ਸਪੈਸਿਫਿਕ ਗੱਲ ਕੀਤੀ ਹੈ ਕਿ ਕੀ ਹੋਣਾ ਚਾਹੀਦਾ? ਸਟੇਟ ਆਫ ਪੰਜਾਬ ਨੂੰ ਪਾਰਟੀ ਬਣਾਇਆ, DGP ਨੂੰ ਪਾਰਟੀ ਬਣਾਇਆ ਜੀ, ਤੇ ਕੋਰਟ ਨੂੰ ਅਸੀਂ ਇਹ ਦਰਖਾਸਤ ਕੀਤੀ ਹੈ ਕਿ ਇਹ ਜਿਹੜਾ ਅਸੈਂਸ਼ੀਅਲ ਇਨਗਰੀਡੀਐਂਟ ਹੈ ਇਹ ਬੇਸਿਕਲੀ ਇੰਡਸਟਰੀਅਲ ਯੂਨਿਟ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ, ਉੱਥੋਂ ਥਰੂ ਸਮ ਲੂਪ ਹੋਲ ਇਹ ਕੱਢ ਲੈਂਦੇ ਨੇ, ਤੇ ਜੇ ਮਤਲਬ ਇਟ ਇਜ਼ ਓਨਲੀ ਨਾ, ਹੁਣ ਤੇ ਸਿਰਫ ਸਾਰੀ ਗੱਲ ਕੋਰਟ ਤੇ ਆ ਗਈ ਹੈ ਨਾ, ਮੁੜ ਤੋੜ ਕੇ ਹਰ ਚੀਜ਼ ਕੋਰਟ 'ਚ ਹੀ ਆ ਜਾਂਦੀ ਹੈ। ਕੋਰਟ ਹੀ ਹੁਣ ਇਸ ਲੂਪ ਹੋਲ ਨੂੰ ਪਲੱਗ ਕਰੇਗੀ, ਕਿਉਂਕਿ ਸਟੇਟ ਕੋਲ ਤੇ ਹੋਇਆ ਨਹੀਂ ਇਹ ਪਲੱਗ। ਹਾਂ, ਸਟੇਟ ਦੀ ਮੰਗੀ ਹੈ, ਜੇ ਅਸੀਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੇ ਸਾਨੂੰ ਲੱਗੇਗਾ ਵੀ ਇਨਵੈਸਟੀਗੇਸ਼ਨ ਏਜੰਸੀ ਨਹੀਂ ਚੰਗੀ ਤਰ੍ਹਾਂ ਕੰਮ ਕਰ ਰਹੀ, ਤੇ ਅਸੀਂ CBI ਦੀ ਰਿਕੁਐਸਟ ਵੀ ਕਰ ਸਕਦੇ ਹਾਂ ਕੋਰਟ ਨੂੰ। ਕੰਪਨਸੇਸ਼ਨ ਦੀ ਵੀ ਗੱਲ ਕਹੀ ਹੈ ਅਸੀਂ ਵੀ ਜਿਹੜੇ 21 ਬੰਦਿਆਂ ਦੀ ਮੌਤ ਹੋ ਗਈ, ਵੇਖੋ ਹੁਣ ਘਰ ਦੇ ਇਕੱਲੇ ਇਕੱਲੇ ਕਈ ਬੰਦੇ ਲੇਬਰਰਸ ਨੇ। ਕੰਪਨਸੇਸ਼ਨ ਹੁਣ ਕੋਰਟ ਤੇ ਆਪਾਂ ਛੱਡ ਰਹੇ ਹਾਂ ਵੀ ਡਿਸਾਈਡ ਡਿਪੈਂਡ ਕਰਦਾ ਹੈ ਕਿੱਦਾਂ ਦੇ ਹਾਲਾਤ ਨੇ, ਉਹਨਾਂ ਦੇ ਮਾਲੀ ਹਾਲਾਤ ਕਿੱਦਾਂ ਦੇ ਨੇ, ਤਾਂ ਸਟੇਟ ਨੂੰ ਹੁਣ ਤੱਕ ਇਹ ਕੁਛ ਨਾ ਕੁਛ ਕਾਰਵਾਈ ਕਰ ਦੇਣੀ ਚਾਹੀਦੀ ਸੀ, ਜਿਹੜੀ ਹਾਲੇ ਤੱਕ ਨਹੀਂ ਕੀਤੀ ਇਹਨਾਂ ਨੇ। ਥੋੜੀ ਕੰਪਨਸੇਸ਼ਨ ਜਿੰਨੀ ਵੀ ਬਣਦੀ ਹੈ ਉਹਨਾਂ ਦੀ, ਦੇਖੋ ਲੋਸ ਆਫ ਲਾਈਫ ਤੇ ਹੈ ਹੀ ਹੈ ਨਾ, ਲੋਸ ਆਫ ਲਾਈਫ ਬਿਕੋਜ਼ ਆਫ ਮਤਲਬ ਸਟ੍ਰਿਕਟ ਮਈਅਰ ਜੇ ਹੁੰਦੇ ਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਚ ਜਾਂਦੀ, ਚੰਗੀ ਇਨਵੈਸਟੀਗੇਸ਼ਨ ਹੁੰਦੀ, ਐਕਸਾਈਜ਼ ਡਿਪਾਰਟਮੈਂਟ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਕਿਤੇ ਨਾ ਕਿਤੇ ਸਟੇਟ ਦਾ ਤਾਂ ਫੇਲੀਅਰ ਹੈ ਹੀ ਹੈ ਨਾ।